ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਚਿੰਗਾ ਪਾਲਕ ਕਿਸਾਨਾਂ ਨੂੰ ਇਸ ਸਾਲ ਸਬਸਿਡੀ ਨਾ ਮਿਲਣ ਦੀ ਵਜ੍ਹਾ ਦੇ ਨਾਲ ਉਹ ਪਰੇਸ਼ਾਨ ਨਜ਼ਰ ਆ ਰਹੇ ਨੇ। ਸਾਰੇ ਚਿੰਗਾ ਪਾਲਕ ਕਿਸਾਨਾਂ ਨੇ ਪਿੰਡ ਇਨਾਖੇੜਾ ਦੇ ਵਿੱਚ ਸਥਿਤ ਮੱਛੀ ਪਾਲਣ ਦਫ਼ਤਰ ਦਾ ਘਿਰਾਓ ਕੀਤਾ ਅਤੇ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਤੋਂ ਜਲਦ ਉਹਨਾਂ ਨੂੰ ਸਬਸਿਡੀ ਨਹੀਂ ਮਿਲੀ ਤਾਂ ਉਹ ਜਲੰਧਰ ਚੋਣਾਂ ਦਾ ਵਿਰੋਧ ਕਰਨਗੇ। ਜ਼ਿਕਰਯੋਗ ਹੈ ਕਿ 10 ਮਈ ਨੂੰ ਜਲੰਧਰ ਜਿਮਣੀ ਚੋਣ ਹੈ, ਜਿਸ ਦਾ ਕਿ ਉਹਨਾਂ ਨੇ ਵਿਰੋਧ ਕਰਨ ਦਾ ਐਲਾਨ ਕੀਤਾ ਹੈ। ਉੱਥੇ ਹੀ ਚੰਡੀਗੜ੍ਹ ਦੇ ਅਧਿਕਾਰੀਆਂ ਨੇ ਮੱਛੀ ਪਾਲਕ ਕਿਸਾਨਾਂ ਦੀਆਂ ਮੰਗਾਂ ਨੂੰ ਜਲਦ ਪੂਰਾ ਕਰਨ ਦਾ ਭਰੋਸਾ ਦਿਵਾਇਆ ਹੈ। ਬਿਊਰੋ ਰਿਪੋਰਟ, ਅੱਜ ਦੀ ਆਵਾਜ਼। ਕੀ ਤੁਹਾਡਾ ਨਾਮ ਹੈ, ਕੀ ਕਹਿਣਾ ਚਾਹੁੰਦੇ? ਮੇਰਾ ਨਾਮ ਜਗਮੀਤ ਸਿੰਘ ਹੈ ਜੀ। ਅਸੀਂ ਅੱਜ ਸਾਰੇ ਫਾਰਮਰ ਇਕੱਠੇ ਹੋਏ ਹਾਂ ਤਾਂ ਇਹਦੇ ਵਿੱਚ ਸਭ ਨਾਲੋਂ ਵੱਡਾ ਅੱਜ ਮੇਨ ਮੁੱਦਾ ਸਬਸਿਡੀ ਦਾ ਲੈ ਕੇ ਇਕੱਠੇ ਹੋਏ ਹਾਂ ਕਿ ਜਿਵੇਂ ਆਪਾਂ ਇਹ ਪਹਿਲਾਂ ਸਾਡੇ ਦੱਸਿਆ ਹੀ ਹੈ ਵੀਰ ਜੀ ਨੇ ਵੀ ਲੋਕ ਹਰਿਆਣੇ ਨੂੰ ਮੂਵ ਹੋ ਰਹੇ, ਉਹਦਾ ਕਾਰਨ ਇਹ ਹੀ ਹੈ ਕਿ ਮੇਨ ਜਿਹੜਾ ਇੱਥੇ ਜੂਨ ਦੇ ਵਿੱਚ ਲਾਸਟ ਸਾਡੀ ਸਟੋਕਿੰਗ ਹੋ ਜਾਂਦੀ ਪੂਰੇ ਪੰਜਾਬ ਦੇ ਵਿੱਚ, ਇਹਨਾਂ ਦਾ ਅੱਜ 9 ਮਹੀਨੇ ਬੀਜ ਜਾਣ ਦੇ ਬਾਅਦ ਵੀ ਅੱਜ ਵੀ ਸਾਨੂੰ ਲਾਰੇ ਲੱਪਿਆਂ ਤੋਂ ਸਿਵਾਏ ਕੁਛ ਨਹੀਂ ਗਾ। ਫਾਈਨਾਂਸ ਮਿਨਿਸਟਰ ਕੋਲ ਸਾਡੀ ਫਾਈਲ ਪਈ ਹੈ, ਦੂਜਿਆਂ ਕੋਲ ਪਈ ਹੈ, ਤੀਜਿਆਂ ਕੋਲ ਪਈ ਹੈ। ਜਿਵੇਂ ਪਹਿਲਾਂ ਸਬਸਿਡੀ ਆਉਂਦੀ ਸੀ ਕਿ ਅੱਧਾ ਕੰਮ ਕਰ ਲਿਆ ਇੱਕ ਸ਼ਿਫਟ 'ਚ ਆ ਗਈ, ਫਿਰ ਸੀਡ ਪਾਲਿਆ ਫਿਰ ਆ ਗਈ, ਫੀਡ ਪਾਲਿਆ ਤਾਂ ਫਿਰ ਆ ਗਈ। ਪਹਿਲਾਂ ਤਾਂ ਉਸ ਗੱਲ ਨੂੰ ਇਹਨਾਂ ਨੇ ਡਿਲੇ ਕੀਤਾ, ਸਿੰਗਲਸ ਵਾਰੀ 'ਚ ਪਾਉਣੀ ਸਟਾਰਟ ਕੀਤੀ। ਹੁਣ ਤੁਸੀਂ ਜੂਨ ਤੋਂ ਅੱਜ 9 ਮਹੀਨੇ ਬੀਤ ਜਾਣ ਦੇ ਬਾਅਦ ਵੀ ਇਹਨਾਂ ਨੇ ਅੱਜ ਤੱਕ ਸਾਡਾ ਸਬਸਿਡੀ ਦਾ ਕੁਛ ਨਹੀਂ। ਅੱਜ ਵੀ ਜਿਹੜੇ ਕੋਈ ਨੁਮਾਇੰਦੇ ਆਏ ਨੇ ਜਾਂ ਇੱਥੇ ਜਿਹੜੇ ਡਿਪਟੀ ਡਾਇਰੈਕਟਰ ਕੇਵਲ ਜੀ ਨੇ, ਇਹਨਾਂ ਵੱਲੋਂ ਸਾਡੇ ਵੱਲ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ ਗਿਆ। ਉਹਦਾ ਨਾਂ ਦੇਣ ਦਾ ਕਾਰਨ ਹੈ ਕਿ ਆਪਦੇ ਦਫ਼ਤਰ 'ਚੋਂ ਬਾਹਰ ਨਿਕਲ ਕੇ ਕੁਛ ਕਰਦੇ ਹੀ ਨਹੀਂ ਗੇ। ਉਹਦਾ ਰੀਜ਼ਨ ਹੈ ਕਿ ਸੈਂਟਰ ਦੇ ਜਿਹੜੇ ਪਿਛਲੇ ਸਾਲ ਦਾ ਪਿਆ ਹੋਇਆ ਫੰਡ ਇਹਨਾਂ ਨੇ ਯੂਜ਼ ਨਹੀਂ ਸੀ ਕੀਤਾ। ਪਹਿਲਾਂ ਯੂਜ਼ ਕਰਨ ਤੋਂ ਬਾਅਦ ਇਹਨਾਂ ਨੇ ਹੁਣ 31 ਮਾਰਚ ਨੂੰ ਜਿਹੜਾ ਸਾਡੇ ਤੋਂ ਫੰਡ ਇਹਨਾਂ ਨੇ ਮੰਗਾਇਆ, ਹੁਣ ਉਸ ਤੋਂ ਬਾਅਦ ਜਿਹੜਾ ਸੈਂਟਰ ਦਾ ਤੋਂ ਫੰਡ ਤਾਂ ਸਾਨੂੰ ਰਿਲੀਜ਼ ਹੋ ਚੁੱਕਿਆ 6,70,00,000 ਰੁਪਈਆ। ਜਿਹੜਾ ਹੁਣ ਸਟੇਟ ਦਾ ਫੰਡ ਹੈ ਉਹ ਇਹਨਾਂ ਦੀ ਨਾਕਾਮੀ ਕਰਕੇ ਅੱਜ ਤੱਕ ਲੇਟ, ਕਿਉਂ ਇਹਨਾਂ ਨੇ 2 ਅਪ੍ਰੈਲ ਨੂੰ ਸਟੇਟ ਤੋਂ ਜਿਹੜੀ ਇਹ ਸਰਕਾਰ ਦੀ ਵੇਂਦੇ ਵਿੱਚ ਮੈਂ ਪੁਰਜ਼ੋਰ ਨਾਕਾਮੀ ਕੇ ਗਿੰਦਾ, ਕਾਰਨ ਕੀ ਇਹਨਾਂ ਨੂੰ ਖਿੱਚਿਆ ਜਾਵੇ। ਜਿਹੜੀ ਅੱਜ ਜੂਨ ਦੀ ਸਟੋਕਿੰਗ ਹੋਈ ਹੈ, ਜਦਕਿ ਸਾਨੂੰ ਉਹ ਦਸੰਬਰ ਨਵੰਬਰ ਤੱਕ ਲਾਸਟ ਪੂਰੇ ਪੰਜਾਬ ਦੀ ਹਾਰਵੈਸਟਿੰਗ ਜਿਹੜੀ ਖਤਮ ਹੋ ਚੁੱਕੀ ਹੈ, ਉਸ ਤੋਂ ਬਾਅਦ ਜਨਵਰੀ ਪੂਰੀ ਨਿਕਲ ਗਈ, ਫਰਵਰੀ ਨਿਕਲ ਗਈ, ਮਾਰਚ ਨਿਕਲ ਗਿਆ, ਅੱਜ ਤਕਰੀਬਨ 4.5 ਮਹੀਨੇ ਬੀਜ ਜਾਣ ਦੇ ਬਾਅਦ ਵੀ ਸਾਨੂੰ ਲਾ ਰਹੇ ਨੇ। ਉਹਦਾ ਤੋਂ ਸਾਨੂੰ ਸਭ ਨਾਲ ਵੱਡਾ ਇਹਨਾਂ ਤੋਂ 1-2 ਖਤਰੇ ਨੇ। ਫਾਰਮਰ ਸੂਸਾਈਡ ਨਾ ਕਰੇ ਤਾਂ ਹੋਰ ਕੀ ਕਰੇ ਜੀ। ਪਹਿਲਾਂ ਸੇਮ ਦਾ ਏਰੀਆ ਸਾਡੀ ਫਸਲ ਹੁੰਦੀ ਨਹੀਂ, ਫਸਲ ਨਾ ਹੋਣ ਕਰਕੇ ਝਿੰਗਿਆ ਲਗਾਏ ਆ ਕੌੜੇ ਪਾਣੀ ਕਰਕੇ, ਸਾਰੇ ਜਾਣਿਆਂ ਨੇ 2-2, 3-3% ਵਿਆਜ 'ਤੇ ਚੱਕ ਕੇ ਕੰਮ ਕੀਤਾ। ਐਡਾ ਵੱਡਾ ਕੋਈ ਵੀ ਫਾਰਮਰ ਨਹੀਂ ਵੀ ਇੱਕ ਜਾਣੇ ਕੋਲ 20 ਕਿੱਲਿਆਂ ਦਾ ਹੈਗਾ, ਕੋਈ ਵੱਡਾ ਫਾਰਮਰ ਨਹੀਂ ਗਾ। ਜੇ ਕੋਈ ਹੈ ਵੀ ਤਾਂ ਉਹਨੇ ਆਪਦਾ ਕਿਤੋਂ ਨਾ ਕਿਤੋਂ ਰਿਫੰਡ ਅਰੇਂਜ ਕਰਕੇ ਲਾਇਆ। ਅੱਜ ਸਾਨੂੰ ਸਬਸਿਡੀ ਨਹੀਂ ਪੈ ਰਹੀ, ਉਹਨਾਂ ਤੋਂ ਨਵਾਂ ਅਗਲਾ ਕਲਚਰ ਨਹੀਂ ਪੈ ਰਿਹਾ। ਹੁਣ ਮਹਿਕਮੇ ਦੇ 2 ਰੋਲ ਨੇ, ਜੇ ਅਗਲੀ ਵਾਰੀ ਅਸੀਂ ਕਲਚਰ ਨਹੀਂ ਪਾਉਂਦੇ ਤਾਂ ਸਾਡੇ 'ਤੇ ਉਲਟਾ ਐਕਸ਼ਨ, ਕਿਉਂ ਅਸੀਂ ਲਿਖ ਕੇ ਦਿੱਤੀ ਬੈਠੇ ਵੀ 10 ਸਾਲ ਇਹ ਲਗਾਤਾਰ ਕੰਮ ਕਰਾਂਗੇ। ਹੁਣ ਨਾਕਾਮੀ ਕਿਹਾ ਦੀ ਹੈ ਇਹਨਾਂ ਦੀ ਹੈ। ਹੁਣ ਫਾਰਮਰ ਦੱਸੋ ਇੱਧਰ ਕਿੱਧਰਲੇ ਪਾਸੇ ਆ ਕੇ ਸਾਨੂੰ ਆਹ ਜਿਹੜੀ ਅੱਜ ਨੌਬਤ ਆਈ ਹੈ, ਅੱਜ ਅਸੀਂ ਇਹਨਾਂ ਨੂੰ ਸਾਰੇ ਬਾਕੀ ਸਲਾਹ ਕਰਦੇ ਨੇ, ਅਗਲੀ ਇਹਨਾਂ ਨੂੰ ਜੋ ਰਣਨੀਤੀ ਉਹ ਦੱਸਾਂਗੇ। ਧਰਨਾ ਹਜੇ ਤੱਕ ਕੋਈ ਵਿਸ਼ਵਾਸ ਨਹੀਂ ਜੀ, ਉਹਨਾਂ ਨੇ ਸਾਡੇ ਤੋਂ 10 ਮਿੰਟ ਦਾ ਟਾਈਮ ਮੰਗਿਆ। ਬਿਜਲੀ ਦੇ ਮੁੱਦੇ 'ਤੇ ਵੀ ਉਹਦੇ ਵੀ ਅਸੀਂ ਡਿਪਾਰਟਮੈਂਟ ਨੂੰ ਕੁਛ ਭੇਜਿਆ ਹੋਇਆ, 10 ਮਿੰਟ ਦਾ ਸਾਨੂੰ ਟਾਈਮ ਦਿੱਤਾ ਜੇ। ਦੂਜਾ ਕਹਿ ਰਹੇ ਨੇ ਕਿ ਫਾਈਨਾਂਸ ਮਿਨਿਸਟਰ ਦੇ ਕੋਲ ਸਾਡੀ ਫਾਈਲ ਪਈ ਹੈ, ਜੇ ਉਹ ਪਈ ਹੈ ਜਾਂ ਇਹਨਾਂ 2 ਅਪ੍ਰੈਲ ਨੂੰ ਭੇਜੀ, ਜਦਕਿ ਉਹ ਅਗਸਤ ਦੇ ਵਿੱਚ ਭੇਜ ਦੇਣੀ ਚਾਹੀਦੀ ਸੀ। ਉਹ 8 ਮਹੀਨੇ ਡਿਲੇ ਆ, ਉਹ ਕਿਉਂ ਡਿਲੇ ਆ ਉਹਦਾ ਕੋਈ ਜਵਾਬ ਨਹੀਂ ਇਹਨਾਂ ਕੋਲ। ਉਹ ਸਾਰੇ ਬੇਤੁੱਕੀਆਂ ਬੇਤੱਥਾਂ ਤੋਂ ਗੱਲਾਂ ਕਰ ਰਹੇ ਨੇ, ਜਿਹੜਾ ਬਿਜਲੀ ਦਾ ਉਹ ਵੀ ਬੇਤੱਥਿਆਂ ਤੋਂ ਕਰ ਰਹੇ ਨੇ। ਹਰਿਆਣਾ ਆਪਣੇ ਨਾਲ ਦੀ ਸਟੇਟ ਹੈ, ਉੱਥੇ ਲੋਕ ਇਸੇ ਕਰਕੇ ਮੂਵ ਹੋ ਰਹੇ ਨੇ, ਉੱਥੇ ਫੈਸਿਲਿਟੀ ਹੈ ਜੀ, ਉੱਥੇ ਨਾਲ ਦੀ ਨਾਲ ਕੰਮ ਹੋ ਰਿਹਾ, ਇੱਥੇ ਕੋਈ ਸੁਣਵਾਈ ਹੈ ਨਹੀਂ ਗੀ। ਅੱਜ ਕਿੰਨੇ ਫਾਰਮਰ ਨੇ, ਬਿਜਲੀ ਦਾ ਮੁੱਦਾ ਪਿਛਲੇ ਸਾਲ ਵੀ ਸਾਨੂੰ ਮਜਬੂਰ ਹੋ ਕੇ ਧਰਨਾ ਲਾਉਣਾ ਪਿਆ, ਉਹ ਕਾਰਨ ਕੀ ਸੀ? ਇਹੀ ਕਾਰਨ ਸੀਗਾ ਵੀ ਕਿਸੇ ਨੂੰ ਕਹਿ ਦਿੱਤਾ ਜੀ ਓਵਰ ਯੂਨਿਟ ਚੱਲ ਗਿਆ, ਕਿਸੇ ਨੂੰ ਕਿਵੇਂ ਜੀ ਮੋਟੇ ਸਾਨੂੰ ਜੁਰਮਾਨੇ ਲਾਏ ਗਏ। ਉਧਰੋਂ ਸਰਕਾਰ ਸਾਨੂੰ 60% ਬਿਜਲੀ ਦੀ ਸਬਸਿਡੀ ਦਾ ਗਿਆ, ਮਿਲੀ 40%। ਦੂਜਾ ਕਾਰਨ ਇਹ ਵੀ ਆ, ਸੋਰੀ ਸੀ ਐੱਮ ਸਾਹਿਬ ਕਹਿ ਰਹੇ 5,000 ਏਕੜ ਵਧਾਉਣਾ, 5,000 ਏਕੜ ਵਧੇਗਾ ਕਿਵੇਂ ਜੀ? ਸਾਡੇ ਕਹਿਣ 'ਤੇ ਅਸੀਂ ਤਾਂ ਪੁਰਾਣੇ ਛੱਡਣ ਨੂੰ ਤਿਆਰ ਹਾਂ ਜੀ, ਅਸੀਂ ਆਹਣੇ ਵੀ ਸਾਡੇ ਪੌਂਡ ਸੰਭਾਲ ਲੈਣ, ਚਾਹੇ ਉਹ 20,000 ਰੁਪਏ ਨੂੰ ਠੇਕੇ ਲੈ ਲੈਣ, ਸਾਡੀ ਜ਼ਮੀਨ ਦਾ ਠੇਕਾ ਤਾਂ ਸਾਨੂੰ ਆਉਂਦਾ ਰਹੇ, ਜਿੱਥੇ ਮਰਜ਼ੀ ਸਰਕਾਰ ਕਰ ਲਈ ਜੀ ਉਹਨਾਂ ਦੀ ਝਿੰਗਾ ਜਾ ਕੇ, ਸਣੇ ਇੰਡਸਟਰੀ ਸਾਰਾ ਕੁਛ ਇਲੈਕਟ੍ਰੀਸਿਟੀ ਸਮੇਤ ਅਸੀਂ ਇਹਨਾਂ ਨੂੰ ਹੈਂਡਓਵਰ ਕਰਨ ਨੂੰ ਤਿਆਰ ਹਾਂ ਜੀ। ਉਹਦੇ ਕਾਰਨ ਕੀ ਹੈ ਜੀ? ਇਹ ਸਾਰਾ ਕੋਈ ਫੇਲੀਅਰ, 5,000 ਏਕੜ ਕਿਵੇਂ ਵਧੇਗਾ? ਸਾਡੀ ਮਾਊਥ ਪਬਲਿਸਿਟੀ ਨਾਲ ਹੀ ਵਧਣਾ, ਅਤੇ ਅਸੀਂ ਤਾਂ ਪਹਿਲਾਂ ਕਹੀ ਜਾਂਦੇ ਮਰ ਗਏ ਹਾਂ ਜੀ। ਮੁਸ਼ਕਲਾਂ ਤਾਂ ਜੀ ਸਾਨੂੰ ਬਹੁਤ ਜ਼ਿਆਦੀਆਂ, ਜਿਹੜੀ ਹੁਣੇ ਮੁਸ਼ਕਲ ਸਾਨੂੰ ਜ਼ਿਆਦਾ ਭੁੱਖਮਰੀ ਪੈ ਗਈ ਝਿੰਗੇ ਵਾਲੇ ਨੂੰ, ਇਹ ਆਹ ਹਾਲਾਤ ਹੋ ਗਏ ਆ। ਜੋ ਛੱਲੀ ਪੂਣੀ ਵੇਚ ਕੇ ਘਰ ਦੀ ਅਸੀਂ ਝਿੰਗੇ ਦਾ ਕੰਮ ਸ਼ੁਰੂ ਕੀਤਾ ਵੀ ਚਲੋ ਕੋਈ 6 ਮਹੀਨਿਆਂ ਤੱਕ, ਕੋਈ 4 ਮਹੀਨਿਆਂ ਕੁ ਸਬਸਿਡੀ ਆਜੂਗੀ, ਅੱਜ ਸਾਲ ਤੋਂ ਉੱਪਰ ਹੋ ਗਿਆ ਸਾਨੂੰ ਸਬਸਿਡੀ ਰਿਲੀਜ਼ ਨਹੀਂ ਹੋਈ। ਜੋ ਸਾਨੂੰ ਕਹਿ ਰਹੇ ਆ ਵੀ 15 ਦਿਨਾਂ ਨੂੰ ਆਊਗੀ, 20 ਦਿਨਾਂ ਨੂੰ ਆਊਗੀ ਸਬਸਿਡੀ, ਬਿਜਲੀ ਦੇ ਕਨੈਕਸ਼ਨ ਕੱਟੇ ਗਏ ਜੀ ਸਾਡੇ,
बिजली डिपार्टमेंट वालों अं करजाई हो गए जिन्हों का 5-5, 7-7 लाख रुपया साडा बिल पेंडिंग आ उहदे जुर्माने भी सानू पै रहे आ ये हुण जो ये इन्हां कोल अं जो डिपार्टमेंट को स्टेटमेंट लई आ इह कहिंदे आ वी 2 दिनां नूं आजूगी 3 दिनां नूं आजूगी अं इन्हां अगे यही मंग रखदे आ वी सानू तुसीं पक्का फैसला दित्ता जावे किदन आऊगी। इस विच सरकार दी बहुत वड्डी नलैकी आ वी जिहदी साडी सबसिडी इन्हां कोल पहलियां सरकारां ही 24 घंटे सबसिडी पाउंदियां रहियां जी जे 25-20 घंटा पैंदा सी उहनां नूं जवाब देना पैंदा सी वी 25 घंटे क्यों लग गए। उस तो बाद कोई 6 महीने इस तो बाद इन्हें साल नगाता कहिंदे फाइनैंस मिनिस्टर कोल अपनियां फाइलां पाईआं उहदे दफ्तर उहदे तक साडी ते पहुँच नहीं हुई जी साडी सुनवाई नहीं हुई जोर ला लिया तो हुण उत्थों दफ्तर तक अं कि हिसाब नाल पहुँच सकीए जो इस करके अं अज 400-500 बंदा इकट्ठा होया भी साडी उत्थे पहुँच होवे। उस तो बाद जो साडी ये रणनीति है भी अं डीसी दफ्तर जाना जी सोमवार उस तो अगे जलंधर रोस मार्च करांगे सारे शहर च जे साडी सबसिडियां 2-3 दिनों दे विच ना पाईआं सोमवार तक तो साड़ी ये प्लैनिंग है जी। नंबर 2 जी बिजली के मुद्दे सानू अज 4 महीने हो गए इस काम च फिरदे नूं भी साडा रेट घट किया जाए 1.5 रुपये जो सानू टैक्स वगैरह पा के 7 रुपये पै रही है जो होर स्टेटा जो कल्चर चलन दिया आंध्र प्रदेश 1.5 रुपये यूनिट वो साडा रेट घट किया जाए। उस भी सानू 1-2 अं मीटिंग कर रहे सीएम साहब ना भी कर रहे भगवंत मान साहब ना कहते 4 दिनों बुलाने अज 4 महीने हो गए जी सानू कोई मैसेज नहीं आया मंत्री साहब ना भी कर रहे लालजीत भुल्लर ना प्रिंसीपल सैकटरी ने भी कर रहे हैं सानू 2-2, 3-3 दिनों का कह के बुला सानू कोई मैसेज नहीं आया जी। उस सानू ये सानू सीएम साहब को इन्नी टाइम मिल रहा पता नहीं उन्होंने को टाइम नहीं है साढ़े मिलने लिए अही इस वक्त हूँ अपन बंजर जमीन के एक कल्चर किया भी जिते साढ़े 27-27 साल हो गए जी एक कणक का दाना नहीं हों ना पट्ठे होंगे पशुओं को चारा अं मुल लैके पाने यही काम शुरू किया सरकार ने पिछले साल तो बिजली का गज कूठा देता छापे वजन लग पे जुर्माने पैन लग पे नजायज़ बहुत सारे इस साल की होया भी साढ़े कनैक्शन कट्टने शुरू करते क्योंकि सबसिडी नहीं पई पता नहीं सरकार यह चाहती है भी यह काम बंद करे मूँह बोल नहीं दी सानू रिटर्न लिख के दे दो भी अं यह काम बंद करवाना चाहना अं हरियाणे वालों जाइए नवे फार्मर सारे हरियाणे से काम शुरू कर रहे जिस तरह इंडस्ट्री हरियाणे जा रही है झींगे वाला फार्मर ही हरियाणे जा रहे हैं हूँ अं पुराने हैं फार्मर असं बंद नहीं कर सकते जी क्योंकि साढ़े को लिख के लिया गया भी 10 साल पहला सबसिडी जो देंगे लिख के लै लेंगे भी 10 साल पहला फार्म बंद नहीं तो केस होगा जां सबसिडी तुहानू जो जिहड़े फार्मरां नूं पहलां सबसिडी आई है पहले सालों से उन्होंने वापस करनी पवेगी ना ही उन्होंने बंद कर सकते हैं। इस वक्त तो कई फार्मर असीं 2-3 इहो जिहे समझाए आ जिन्हां दे घर दे तुहानू किसे वेले हालात विखावांगे भी उसका भी सूसाइड दी कंडीशन ते आए हुए आ जिहड़े अहीं 200-200 फार्मर ने जाके कुछ सपोर्ट की उन्होंने 1,000-2,000 रुपये दे के भी यार ये काम नहीं करना ये कंडीशन बनी हुई है जी जिस करके असीं अज 400-500 बंदा इकट्ठा होए आ ते साडी सुनवाई हुई है भी किसे हिसाब जी सर ये सर मैं दसना चाहना भी साढ़े विभाग वालों प्रधानमंत्री मत्स्य संपदा योजना के तहत फार्मर नूं सबसिडी मुहैया करवाई जाती है। सो ये जिहड़ा केस है गवर्नमेंट ऑफ इंडिया तो सी जी सबसिडी है सानू रिलीज़ हो चुकी है 31 मार्च में जी सबसिडी सानू रिलीज़ हुई है तो सेंटर शेयर सानू रिलीज़ हो चुकी है जिहड़ा कि 6,76,94,000 रुपया बनता जी। ये फाइल जी असी अपने थ्रू AD डिपार्टमेंट के थ्रू जी असी अपनी वित्त विभाग में भेज चुके हैं स्टेट शेयर रिलीज़ कराने वास्ते जिहदा स्टेट शेयर है 4,51,30,000 रुपया बनता जी। तो ये जी फाइल है साड़ी वित्त विभाग की कंसीडरेशन के है ये फाइल जिदा ही 1-2 दिन या 4 दिन निकलती है तो फार्मर जी सबसिडी बन दी जाएगी। सर उन्होंने कहना भी पिछले साल जिमें सू सबसिडी उदों ही आ जाती थी पहली बार जो इन्ना 9 महीने तक साड़ी जी देरी हुई है महकमे की कहते अणगहली करके भी मतलब देरी हो रही है जी नहीं जी नहीं महकमे की कोई अणगहली नहीं है जी ये महकमा जोड़ा है पहला सारे फार्मर से सबसिडी केस तैयार किए जाने जिला पद्धर लैवल से फिर वो जो केस हैं वो हैड ऑफिस लैवल से पूरे पंजाब के कंसीडर करके या कंसोलीडेट करके असं जो गवर्नमेंट ऑफ इंडिया भेजते हैं वो एक सैट प्रोसीजर है जी उन्होंने टाइम लगता हों उस मतलब साड़ी जी सबसिडी इस बार 31 मार्च में भारत सरकार वालों साढ़े वालों कोई देरी नहीं हुई भारत सरकार वालों जी सू सेंक्शन लैटर आई 31 मार्च में हुई है असी 2-3 तरीक में असी जी फाइल जी है अपने AD ब्रांच में भेजे जो कि 1 और 2 का शनिवार एतवार भी पैंता सी असी बहुत मुस्तैदी उससे काम कर रहे साढ़े अफसर हूँ भी उस फाइल से मुस्तैदी काम कर रहे हैं जिदा ही वित्त विभाग तो सू सेंक्शन रिलीज होंगी है असं इमीजिएटली फार्मर सबसिडी जारी कर देंगे सर साडे वालों तो यही आश्वासन है भी असं अपने वालों इस फाइल से पूरा वर्क कर चुके हैं साडे अफसर हूँ भी FD
ਉਹਦੇ ਵਿੱਚ ਪੂਰੇ ਕੰਟੈਕਟ ਦੇ ਨਾਲ ਹੈ। ਅਸੀਂ ਬਿਲਕੁਲ ਉਸ ਫਾਈਲ ਦਾ ਲੇਟੈਸਟ ਅਪਡੇਟ ਲੈ ਰਹੇ, ਜਿੱਦਾਂ ਹੀ ਉਹ ਫਾਈਲ ਕਲੀਅਰ ਹੁੰਦੀ ਹੈ ਅਸੀਂ ਫਾਰਮਰਸ ਨੂੰ ਸਬਸਿਡੀ ਡਿਸਟ੍ਰੀਬਿਊਟ ਕਰ ਦਾਂਗੇ। ਕਿੰਨਾ ਟਾਈਮ ਤੱਕ ਮੰਗੋ ਜੀ ਕੋਈ ਆਈਡੀਆ? ਸਰ ਟਾਈਮ ਦੇ ਬਾਰੇ ਆਪਾਂ ਐਜ਼ ਸੈੱਟ ਨਹੀਂ ਕਹਿ ਸਕਦੇ ਕੁਛ ਵੀ, ਵਿੱਤ ਵਿਭਾਗ ਦੇ ਵਿੱਚ ਕੋਲ ਫਾਈਲ ਪਈ ਹੈ, ਅੱਜ ਵੀ ਨਿਕਲ ਸਕਦੀ ਹੈ, ਕੱਲ੍ਹ ਵੀ ਨਿਕਲ ਸਕਦੀ ਹੈ। ਦੂਸਰੇ ਪਾਸੇ ਬਿਜਲੀ ਦੀ ਕਹਿੰਦੇ ਕਾਫੀ ਸਮੱਸਿਆ ਆ ਰਹੀ, ਬਿਜਲੀ ਮਹਿੰਗੇ ਪਾ ਗਈ, ਕੋਈ ਡਿਪਾਰਟਮੈਂਟ ਵੱਲੋਂ ਕੋਈ ਇਸ ਤਰ੍ਹਾਂ ਦਾ ਕੋਈ? ਜੀ ਹਾਂ ਜੀ ਹਾਂ, ਬਿਜਲੀ ਵਿਭਾਗ ਦੇ ਵਿੱਚ ਮਤਲਬ ਬਿਜਲੀ ਡਿਪਾਰਟਮੈਂਟ ਦੇ ਨਾਲ ਆਪਣਾ ਫਾਰਮਰਸ ਦੇ ਨਾਲ ਇਹ ਮੁੱਦਾ ਚੱਲ ਰਿਹਾ ਵੀ ਇਹ ਕਹਿ ਰਹੇ ਵੀ ਸਾਡੇ ਯੂਨਿਟ ਰੇਟ ਘਟਾਓ, ਵੀ ਜਿਹੜੀਆਂ ਨਾਲ ਆਪਣੇ ਸੂਬਿਆਂ ਹੋਰ ਆਪਣੀਆਂ ਸਟੇਟਾਂ ਹੈਗੀਆਂ ਉਹਨਾਂ ਦੇ ਪੈਟਰਨ 'ਤੇ ਮਤਲਬ ਸਾਡੀਆਂ ਜਿਹੜੀਆਂ ਬਿਜਲੀ ਦੀਆਂ ਦਰਾਂ ਘੱਟ ਕੀਤੀਆਂ ਜਾਣ, ਉਹਦੇ ਸੰਬੰਧੀ ਅਸੀਂ ਇਹਨਾਂ ਤੋਂ ਡਾਟਾ ਸਾਰਾ ਕਲੈਕਟ ਕੀਤਾ ਹੋਇਆ ਜੀ। ਉਹ ਜਿਹੜੀ ਅਸੀਂ ਲੈਟਰ ਜਿਹੜੀ ਹੈ ਆਪਣਾ 16 ਮਾਰਚ ਨੂੰ ਆਪਣੇ ਏ ਡੀ ਬ੍ਰਾਂਚ ਨੂੰ ਭੇਜ ਚੁੱਕੇ ਹੋਏ ਹਾਂ ਸਰ, ਉਹ 'ਤੇ ਕਾਰਵਾਈ ਚੱਲ ਰਹੀ ਹੈ ਜੀ।